ਮੈਲਬਨ ਦੇਸੀ ਜੰਕਸ਼ਨ ਦੇਖ ਰਹੇ ਸਰੋਤਿਆਂ ਨੂੰ ਗੋਲਡੀ ਸਿੰਘ ਵੱਲੋਂ ਪਿਆ ਭਾਰੀ ਸਤਿ ਸ਼੍ਰੀ ਅਕਾਲ। ਫਿਰ ਆ ਜਾਣੇ ਤੁਹਾਡੇ ਵਾਸਤੇ ਇੱਕ ਨਵੀਂ ਰੈਸਪੀ ਲੈ ਕੇ। ਮੈਨੂੰ ਫਰਮਾਇਸ਼ ਆਈ ਸੀ ਜੀ ਕਿ ਅਸੀਂ ਚੋਕਲੇਟ ਲਾਈਕ ਕਰਦੇ ਹਾਂ ਪਰ ਚੋਕਲੇਟ ਖਾ ਨਹੀਂ ਪਾਉਂਦੇ ਕਿਉਂਕਿ ਚੋਕਲੇਟ ਬਹੁਤ ਜ਼ਿਆਦਾ ਫੈਟ ਇਨਕਰੀਜ਼ ਕਰਦਾ, ਸਾਡਾ ਵੇਟ ਨਹੀਂ ਘੱਟ ਹੋ ਪਾਉਂਦਾ। ਅਤੇ ਅਸੀਂ ਜਦੋਂ ਤੋਂ ਡਾਇਟ ਸਟਾਰਟ ਕੀਤੀ ਹੈ ਕਿ ਆਪਣਾ ਵੇਟ ਘੱਟ ਕਰੀਏ ਜਾਂ ਹੈਲਦੀ ਡਾਇਟ 'ਤੇ ਸਟੇ ਕਰੀਏ, ਪਰ ਚੋਕਲੇਟ ਸਾਨੂੰ ਇੰਨੀ ਕਰੇਵਿੰਗ ਹੁੰਦੀ ਹੈ ਕਿ ਅਸੀਂ ਚੋਕਲੇਟ ਨੂੰ ਛੱਡਣਾ ਚਾਹੁੰਦੇ ਪਰ ਛੱਡ ਨਹੀਂ ਸਕਦੇ। ਤੁਹਾਡੇ ਵਾਸਤੇ ਲੈ ਕੇ ਆਇਆ ਜੀ ਮੈਂ ਹੈਲਦੀ ਚੋਕਲੇਟ ਨਟ ਬਿਸਕਿਟ, ਜਿਹਦੇ ਵਿੱਚ ਸ਼ੂਗਰ ਹੋਊਗੀ ਜੀ ਜ਼ੀਰੋ, ਕੋਈ ਆਪਾਂ ਐਡਿਡ ਸ਼ੂਗਰ ਨਹੀਂ ਉਸ 'ਚ ਯੂਜ਼ ਕਰਨੇ, ਅਤੇ ਉਹਨਾਂ ਤੁਹਾਨੂੰ ਤੁਹਾਡੀ ਡਾਇਟ ਦੇ ਉੱਤੇ ਕੋਈ ਇਫੈਕਟ ਨਹੀਂ ਪਊਗਾ ਜੀ। ਅਤੇ ਪਹਿਲਾਂ ਤੁਹਾਨੂੰ ਦਿਖਾਉਣਾ ਜਿਹਦਾ ਇਨਗਰੀਡੀਅੰਟ 'ਚ ਕੀ ਪਊਗਾ ਅਤੇ ਆਪਾਂ ਕਿੱਦਾਂ ਇਹਨੂੰ ਪ੍ਰਪੇਅਰ ਕਰਾਂਗੇ। ਚੋਕਲੇਟ ਨਟ ਬਿਸਕਿਟ ਵਾਸਤੇ ਜੀ ਆਪਾਂ ਲਵਾਂਗੇ ਜੀ 100 ਗ੍ਰਾਮ ਕੁਕਿੰਗ ਚੋਕਲੇਟ, ਇਹਦੇ ਵਿੱਚ ਜ਼ੀਰੋ ਸ਼ੂਗਰ ਆ ਜੀ, ਕੋਈ ਐਡਿਡ ਸ਼ੂਗਰ ਨਹੀਂ ਹੈ, ਅਤੇ ਇਹ ਹੈਗਾ ਜੀ 70% ਡਾਰਕ ਚੋਕਲੇਟ, ਇਹਦੇ ਵਿੱਚ ਐਡਿਡ ਸ਼ੂਗਰ ਹੈਗੀ ਜੀ ਜ਼ੀਰੋ, ਅਤੇ ਇਹਦੇ ਵਿੱਚ ਨੈਚੁਰਲ ਸ਼ੂਗਰ ਹੈਗੀ ਜੀ 100 ਗ੍ਰਾਮ ਪਿੱਛੇ 1 ਗ੍ਰਾਮ। ਉਸ ਤੋਂ ਬਾਅਦ ਲਿੱਤੇ ਆ ਜੀ ਆਪਾਂ 100 ਗ੍ਰਾਮ ਮਿਕਸ ਨਟਸ, ਇਹਦੇ ਵਿੱਚ ਬਦਾਮ ਆ, ਵਾਲਨਟਸ ਆ ਅਤੇ ਪਿਸਤੇ ਹੈਗੇ ਆ, ਤੁਸੀਂ ਆਪਣੀ ਮਨਮਰਜ਼ੀ ਦਾ ਕੋਈ ਵੀ ਤੁਸੀਂ ਨਟਸ ਲੈ ਸਕਦੇ ਹੋ, ਇਹ ਤੁਹਾਡੇ 'ਤੇ ਆ ਜੀ, ਇਹ ਲਿੱਤੇ ਜੀ ਮੈਂ 100 ਗ੍ਰਾਮ। ਫਿਰ ਮੈਂ ਲਿੱਤਾ ਜੀ 50 ਗ੍ਰਾਮ ਕੋਕੋਆ ਪਾਊਡਰ, ਇਹਦੇ ਵਿੱਚ ਵੀ ਕੋਈ ਐਡਿਡ ਸ਼ੂਗਰ ਨਹੀਂ ਹੈਗੀ ਜੀ, ਇਹਦੇ ਵਿੱਚ ਨੈਚੁਰਲ ਸ਼ੂਗਰ ਆ, ਇਹ ਵੀ 100 ਗ੍ਰਾਮ ਦੇ ਪਿੱਛੇ 1 ਗ੍ਰਾਮ ਹੈ, ਇਹ ਆਪਾਂ ਲਿੱਤਾ ਜੀ 50 ਗ੍ਰਾਮ, ਅਤੇ ਇਹਦੇ ਵਿੱਚ ਰਹਿ ਗਿਆ ਜੀ 1/2 ਗ੍ਰਾਮ ਸ਼ੂਗਰ, 1 ਗ੍ਰਾਮ ਨੈਚੁਰਲ ਸ਼ੂਗਰ ਇਹਦੇ ਵਿੱਚ, ਅਤੇ 1/2 ਗ੍ਰਾਮ ਇਹਦੇ ਵਿੱਚ ਜੀ। ਟੋਟਲ 100 ਗ੍ਰਾਮ, ਜੇ 200 ਗ੍ਰਾਮ ਬਣਾਵਾਂਗੇ ਤਾਂ ਆਪਾਂ ਟੋਟਲ 1.5 ਗ੍ਰਾਮ ਸਿਰਫ ਨੈਚੁਰਲ ਸ਼ੂਗਰ ਹੋਊਗੀ, ਅਤੇ ਜਿਹਦੇ ਨਾਲ ਤੁਹਾਡੀ ਡਾਇਟ ਦੇ ਉੱਤੇ ਕੋਈ ਵੀ ਇਫੈਕਟ ਨਹੀਂ ਹੋਊਗਾ। ਅਤੇ ਉਸ ਤੋਂ ਬਾਅਦ ਆਪਾਂ ਲਿੱਤਾ ਜੀ ਓਲਿਵ ਆਇਲ, ਇਹ ਲਿੱਤੇ ਜੀ ਸਿਰਫ 2 ਟੇਬਲ ਸਪੂਨ, ਅਤੇ ਇਹਦੇ ਵਿੱਚ ਸਿਰਫ ਇਹੀ ਇਨਗਰੀਡੀਅੰਟ ਯੂਜ਼ ਹੋਣਾ ਜੀ। ਅਤੇ ਹੁਣ ਮੈਂ ਤੁਹਾਨੂੰ ਦਿਖਾਉਂਦਾ ਜੀ ਇਹਨੂੰ ਕਿੱਦਾਂ ਪ੍ਰਪੇਅਰ ਕਰਨਾ, ਇਹਦੇ ਵਿੱਚ ਕੋਈ ਕੁਕਿੰਗ ਨਹੀਂ ਆਪਾਂ ਨੂੰ ਕਰਨੀ ਪੈਣੀ, ਇਹ ਸਿੰਪਲ, ਬਹੁਤ ਹੀ ਸਿੰਪਲ ਅਤੇ ਕੁਇਕ ਰੈਸਪੀ ਹੈ, ਇਹ ਤੁਹਾਨੂੰ ਕਿੱਦਾਂ ਬਣਾਉਣਾ ਤੁਹਾਨੂੰ ਦੱਸ ਦਿਉ ਜੀ। ਸਭ ਤੋਂ ਪਹਿਲੇ ਸਟੈਪ ਵਾਸਤੇ ਆਪਾਂ ਨੂੰ ਕਰਾਂਗੇ ਜੀ ਆਪਣੇ ਡਾਰਕ ਚੋਕਲੇਟ ਨੂੰ ਮੈਲਟ, ਉਹਦੇ ਵਾਸਤੇ ਆਪਾਂ ਲਵਾਂਗੇ ਜੀ ਇੱਕ ਸੋਸ ਪੈਨ, ਉਹ 'ਚ ਪਾਵਾਂਗੇ ਪਾਣੀ, ਉਹਨੂੰ ਕਰ ਲਵਾਂਗੇ ਜੀ ਬੋਇਲ। ਫਿਰ ਆਪਾਂ ਲਵਾਂਗੇ ਜੀ ਇੱਕ ਮਿਕਸਿੰਗ ਬੋਲ, ਉਹਨੇ ਆਪਣੇ ਸੋਸ ਪੈਨ ਦੇ ਉੱਤੇ ਰੱਖਾਂਗੇ, ਉਹਦੇ ਵਿੱਚ ਆਪਾਂ ਪਾਵਾਂਗੇ ਜੀ ਆਪਣਾ ਚੋਕਲੇਟ, ਅਤੇ ਇਹਨੂੰ ਆਪਾਂ ਕਰਾਂਗੇ ਜੀ ਮੈਲਟ। ਚੋਕਲੇਟ ਆਪਣਾ ਮੈਲਟ ਹੋਣਾ ਸਟਾਰਟ ਹੋ ਗਿਆ, ਇਹਨੂੰ ਚੰਗੀ ਤਰ੍ਹਾਂ ਮੈਲਟ ਕਰਨਾ, ਕੋਈ ਵੀ ਇਹਦੇ ਵਿੱਚ ਲੰਪ ਨਹੀਂ ਬਚਣਾ ਚਾਹੀਦਾ। ਪਾਣੀ ਆਪਣਾ ਬੋਇਲ ਹੋ ਚੁੱਕਾ ਅਤੇ ਚੋਕਲੇਟ ਹੋ ਰਿਹਾ ਜੀ ਮੈਲਟ, ਅਤੇ ਉਨੀ ਦੇਰ ਤੱਕ ਆਪਾਂ ਆਪਣੇ ਨਟਸ ਨੂੰ ਕਰਦੇ ਹਾਂ ਜੀ ਚੌਪ। ਜਿੰਨੀ ਦੇਰ ਆਪਣਾ ਚੋਕਲੇਟ ਮੈਲਟ ਹੁੰਦਾ ਜੀ ਆਪਾਂ ਇੱਕ ਲਵਾਂਗੇ ਛੋਟਾ ਚੋਪਰ, ਉਹਦੇ ਵਿੱਚ ਪਾਵਾਂਗੇ ਜੀ ਆਪਣੇ ਨਟਸ, ਅਤੇ ਉਹਨੂੰ ਕਰ ਲਵਾਂਗੇ ਜੀ ਆਪਾਂ ਚੌਪ। ਨਟਸ ਅਪ ਕਰ ਲਈ ਜੀ ਚੌਪ, ਇਹ ਬਹੁਤ ਜ਼ਿਆਦਾ ਬਰੀਕ ਨਹੀਂ ਕੀਤੇ, ਥੋੜ੍ਹੇ ਥੋੜ੍ਹੇ ਦਰਦਰੇ ਰੱਖੇ। ਆਪਣਾ ਚੋਕਲੇਟ ਹੋ ਗਿਆ ਜੀ ਮੈਲਟ, ਅਤੇ ਹੁਣ ਤੁਹਾਨੂੰ ਦਿਖਾਉਣਾ ਜੀ ਨੈਕਸਟ ਸਟੈਪ। ਚੋਕਲੇਟ ਆਪਾਂ ਮੈਲਟ ਕਰਕੇ ਉਹਦੇ ਵਿੱਚ ਆਪਾਂ ਪਾਵਾਂਗੇ ਜੀ ਆਪਣਾ ਓਲਿਵ ਆਇਲ 2 ਟੇਬਲ ਸਪੂਨ, ਇਹਨੂੰ ਚੰਗੀ ਤਰ੍ਹਾਂ ਕਰਾਂਗੇ ਜੀ ਆਪਾਂ ਮਿਕਸ। ਇਹਦੇ ਵਿੱਚ ਆਪਾਂ ਪਾਵਾਂਗੇ ਜੀ ਆਪਣਾ ਕੋਕੋਆ ਪਾਊਡਰ, ਚੰਗੀ ਤਰ੍ਹਾਂ ਨੂੰ ਮਿਕਸ ਕਰਕੇ ਕੋਕੋਆ ਪਾਊਡਰ ਪਾ ਕੇ ਆਪਾਂ ਚੰਗੀ ਤਰ੍ਹਾਂ ਉਹਨੂੰ ਮਿਕਸ ਕਰ ਲਿਆ, ਅਤੇ ਹੁਣ ਉਹਦੇ 'ਚ ਪਾਵਾਂਗੇ ਜੀ ਆਪਣੇ ਚੌਪ ਕੀਤੇ ਹੋਏ ਨਟਸ। ਫਿਰ ਇੱਕ ਵਾਰੀ ਚੰਗੀ ਤਰ੍ਹਾਂ ਉਹਨੂੰ ਆਪਾਂ ਕਰਾਂਗੇ ਜੀ ਮਿਕਸ, ਸਾਰਾ ਕੁਛ ਆਪਾਂ ਕਰ ਲਿਆ ਜੀ ਮਿਕਸ, ਅਤੇ ਹੁਣ ਆਪਾਂ ਬਣਾਵਾਂਗੇ ਜੀ ਚੋਕਲੇਟ ਬਿਸਕਿਟ। ਇੱਕ ਮਿਲਤੀ ਜੀ ਟ੍ਰੇ, ਉਹਦੇ ਉੱਤੇ ਲਾਇਆ ਜੀ ਬੇਕਿੰਗ ਪੇਪਰ, ਤੁਸੀਂ ਕੋਈ ਵੀ ਪਲੇਟ ਜਾਂ ਥਾਲ ਤੁਸੀਂ ਲੈ ਸਕਦੇ ਹੋ। ਇੱਕ ਮੈਂ ਯੂਜ਼ ਕਰ ਰਹੇ ਹਾਂ ਜੀ ਰਿੰਗ ਬਿਸਕੁਟ ਦੀ ਸ਼ੇਪ ਬਣਾਉਣ ਵਾਸਤੇ। ਚੋਕਲੇਟ ਬਿਸਕੁਟ ਦੀ ਪ੍ਰੈਪਰੇਸ਼ਨ ਫਿਨਿਸ਼, ਅਤੇ ਇਸ ਤੋਂ ਬਾਅਦ ਆਪਾਂ ਕਰਾਂਗੇ ਜੀ ਇਹਨੂੰ 1/2 ਘੰਟਾ ਫਰੀਜ਼ਰ ਦੇ ਵਿੱਚ ਫਰੀਜ਼। 1/2 ਘੰਟਾ ਫਰੀਜ਼ ਕਰਨ ਤੋਂ ਬਾਅਦ ਸਾਡਾ ਚੋਕਲੇਟ ਬਿਸਕੁਟ ਰੈਡੀ ਆ ਜੀ।
ਸਾਡੇ ਸ਼ੂਗਰਲੈਸ ਹੈਲਦੀ ਚੋਕਲੇਟ ਅਤੇ ਨਟਸ ਬਿਸਕੁਟ ਰੈਡੀ ਆ ਜੀ। ਜੇ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ, ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਕਰੋ। ਜੇ ਮੇਰੇ ਚੈਨਲ ਨੂੰ ਤੁਸੀਂ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਡੇ ਵਾਸਤੇ ਨਵੀਂ ਤੋਂ ਨਵੀਂ ਮੈਂ ਹੈਲਦੀ ਰੈਸਪੀ ਲੈ ਕੇ ਆਉਂਦਾ ਰਹੂੰ ਜੀ। ਜਿੰਦੇ ਵਾਸਤੇ ਰਹੋ, ਰੱਬ ਰੱਖਾ।